ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਭਾਰਤ ਦੇ ਨਾਲ ਗੱਲ ਵਧਾਉਣ ਦੇ ਹੱਕ ਵਿੱਚ ਨਹੀਂ ਹੈ ਜਿਨ੍ਹਾਂ ਇਹ ਸਾਫ਼ ਨਹੀਂ ਕੀਤਾ ਕਿ ਭਾਰਤ ਵੱਲੋਂ ਡਿਪਲੋਮੈਟਸ ਦੇ ਲਈ ਤਾਜ਼ਾ ਲਏ ਗਏ ਫੈਸਲੇ ਦੇ ਉੱਤੇ ਕੈਨੇਡਾ ਵੀ ਕੁਝ ਅਜਿਹਾ ਫੈਸਲਾ ਲਵੇਗਾ ਜਾਂ ਨਹੀਂ ਜਿਵੇਂ ਕਿ ਭਾਰਤ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 41 ਕੈਨੇਡੀਅਨ ਕੂਟਨੀਤਕ ਜਿਨ੍ਹਾਂ ਨੂੰ ਭਾਰਤ ਤੋਂ ਜਾਣ ਦੇ ਲਈ ਕਹਿ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਭਾਰਤ ਨੇ ਅਕਤੂਬਰ 10 ਤੱਕ ਦਾ ਹੀ ਸਮਾਂ ਦਿੱਤਾ ਹੈ ਜਿਵੇਂ ਹੀ ਜਾਣਕਾਰੀ ਸਾਹਮਣੇ ਆਈ ਕਿ ਭਾਰਤ ਨੇ ਕੈਨੇਡਾ ਨੂੰ ਕਿਹਾ ਕਿ ਅਕਤੂਬਰ 10 ਤੱਕ 41 ਡਿਪਲੋਮੈਟਸ ਨੂੰ ਕੈਨੇਡਾ ਵਾਪਸ ਬੁਲਾ ਲਿਆ ਜਾਵੇ ਕੁਝ ਘੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸੇ ਉੱਤੇ ਆਪਣਾ ਪ੍ਰतिकਰਮ ਦੇ ਦਿੱਤਾ ਜਦੋਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮੀਡੀਆ ਨੇ ਸਵਾਲ ਕੀਤਾ ਕਿ ਕੀ ਭਾਰਤ ਦੀ ਤਰਜ਼ ਦੇ ਉੱਤੇ ਕੈਨੇਡਾ ਵੀ ਅਜਿਹਾ ਕੋਈ ਫੈਸਲਾ ਲੈ ਸਕਦਾ ਹੈ ਤਾਂ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਨਵੀਂ ਦਿੱਲੀ ਦੇ ਨਾਲ ਕੰਮ ਕਰਦੇ ਰਹਿਣ ਦੀ ਕੋਸ਼ਿਸ਼ ਕਰਨਗੇ ਜਿਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਵਧਾਉਣਾ ਨਹੀਂ ਚਾਹੁੰਦੇ ਜਿਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਨੇ ਕਿ ਇਹ ਬੇहद ਮੁਸ਼ਕਲ ਸਮੇਂ ਵਿੱਚ ਵੀ ਉਹ ਕੋਸ਼ਿਸ਼ ਇਹੋ ਕਰ ਰਹੇ ਨੇ ਕਿ ਭਾਰਤ ਦੇ ਨਾਲ ਰਿਸ਼ਤੇ ਵਧੀਆ ਬਣੇ ਰਹਿਣ ਪਿਛਲੇ ਕੁਝ ਹਫ਼ਤਿਆਂ ਤੋਂ ਕੈਨੇਡਾ ਤੇ ਭਾਰਤ ਦਰਮਿਆਨ ਰਿਸ਼ਤਿਆਂ ਦੇ ਵਿੱਚ ਕਾਫੀ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਭਾਰਤ ਤੋਂ ਜਾਂਚ ਦੇ ਲਈ ਸਹਿਯੋਗ ਮੰਗ ਕਰ ਰਿਹਾ ਹੈ ਹਰਦੀਪ ਸਿੰਘ ਨੱਜਰ ਦੇ ਕਤਲ ਮਾਮਲੇ ਦੇ ਵਿੱਚ ਤੇ ਅਮਰੀਕਾ ਸਮੇਤ ਹੋਰ ਦੇਸ਼ ਵੀ ਭਾਰਤ ਦੇ ਉੱਤੇ ਜਾਂਚ ਦੇ ਲਈ ਸਹਿਯੋਗ ਦੇਣ ਦੇ ਲਈ ਦਬਾਅ ਵੀ ਬਣਾ ਰਹੇ ਨੇ ਪਰ ਭਾਰਤ ਵੱਲੋਂ ਇਲਜ਼ਾਮਾਂ ਨੂੰ ਸ਼ਰਿਆਨ ਨਕਾਰਦੇ ਹੋਏ ਕੈਨੇਡਾ ਨੂੰ ਮੁਸ਼ਕਲ ਸਮਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖੋ-ਵੱਖ ਫੈਸਲੇ ਲਾਗੂ ਕਰਦੇ ਹੋਏ